ਇਹੀ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ 'ਤੇ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ 'ਚ ਯੂਪੀ ਦੇ ਪੂਰਨਪੂਰਵ ਚ ਰਹਿਣ ਵਾਲਾ ਬੱਚਾ ਜਿਸ ਦਾ ਨਾਮ ਕੀ ਹਰਚਰਨ ਸਿੰਘ ਸੀ ਜਦੋਂ ਤੋਂ ਹੀ ਉਸ ਦੀ ਮੌਤ ਹੋਈ ਹੈ ਉਦੋਂ ਤੋਂ ਹੀ ਪੂਰਾ ਪੰਜਾਬ ਅਤੇ ਯੂਪੀ ਉਸ ਦੀ ਮੌਤ ਦੇ ਪਿੱਛੇ ਦਾ ਅਸਲ ਰਾਜ਼ ਜਾਣਨ ਦੀ ਬਹੁਤ ਹੀ ਜ਼ਿਆਦਾ ਕੋਸ਼ਿਸ਼ ਕਰ ਰਿਹਾ ਹੈ ਅਤੇ ਸਾਰਿਆਂ ਨੂੰ ਇਹ ਜਾਣਨ ਦੀ ਵੀ ਬਹੁਤ ਹੀ ਜ਼ਿਆਦਾ ਉਤਸੁਕਤਾ ਹੈ ਕਿ ਜਦੋਂ ਉਸ ਦੀ ਮੌਤ ਹੋਈ ਸੀ ਤਾਂ ਉਸ ਤੋਂ ਪਹਿਲਾਂ ਉਸਦੇ ਨਾਲ ਕੀ ਹੋਇਆ ਹੋਵੇਗਾ ਜਾਂ ਫਿਰ ਉਸ ਦੀ ਮੌਤ ਕਿੰਨਾ ਹਾਲਾਤਾਂ ਦੇ ਵਿੱਚ ਹੋਈ ਹੋਵੇਗੀ ਅਤੇ ਜਿਸ ਰਾਤ ਨੂੰ ਉਸ ਦੀ ਮੌਤ ਹੋਈ ਸੀ ਉਸ ਤੋਂ ਪਹਿਲਾਂ ਉਸਦੇ ਨਾਲ ਕੀ ਵਾਪਰਿਆ ਹੋਵੇਗਾ ਕਿਸ ਤਰ੍ਹਾਂ ਉਸ ਨੂੰ ਕੁੜੀ ਨੇ ਫੋਨ ਕਰਕੇ ਬੁਲਾਇਆ ਹੋਵੇਗਾ ਜਾਂ ਫਿਰ ਕਿਸ ਤਰ੍ਹਾਂ ਉਹ ਕੁੜੀ ਦੇ ਚਾਚਿਆਂ ਦੇ ਹੱਥੀ ਚੜਿਆ ਹੋਵੇਗਾ ਅੱਜ ਅਸੀਂ ਆਪਣੀ ਇਸ ਵੀਡੀਓ ਦੇ ਦੌਰਾਨ ਤੁਹਾਡੇ ਨਾਲ ਹਰਚਰਨ ਸਿੰਘ ਦੇ ਨਾਲ 5 ਜਾਂ 10 ਮਿੰਟ ਪਹਿਲਾਂ ਕੀ ਹੋਇਆ ਉਸ ਤੋਂ ਪੂਰੇ ਚੰਗੇ ਤਰੀਕੇ ਦੇ ਨਾਲ ਵਾਕਿਫ ਕਰਵਾਵਾਂਗੇ ਹੋ ਸਕਦਾ ਹੈ ਕਿ ਸਾਡੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਇਹ ਵੀ ਬਿਲਕੁਲ ਚੰਗੇ ਤਰੀਕੇ ਦੇ ਨਾਲ ਸਾਫ਼ ਹੋ ਜਾਵੇ ਕਿ ਇਸ ਸਾਰੀ ਘਟਨਾ ਦਾ ਅਤੇ ਹਰਚਰਨ ਸਿੰਘ ਦੀ ਮੌਤ ਦਾ ਅਸਲ ਜ਼ਿੰਮੇਵਾਰ ਕੌਣ ਹੈ ਅਤੇ ਕਿਸ ਨੇ ਉਸ ਨੂੰ ਮੌਤ ਦੇ ਮੂੰਹ ਦੇ ਵਿੱਚ ਪਹੁੰਚਾਉਣ ਦੀ ਸਾਜ਼ਿਸ਼ ਰਚੀ ਸੀ ਦਰਅਸਲ ਜਦੋਂ ਹਰਚਰਨ ਸਿੰਘ ਰਾਤ ਨੂੰ ਆਪਣੀ ਗਰਲਫ੍ਰੈਂਡ ਨੂੰ ਮਿਲਣ ਗਿਆ ਤਾਂ ਉਸਦੇ ਦੋਸਤ ਜੋ ਕਿ ਬਾਲਿਗ ਸਨ ਉਤੇ ਇਹ ਖਬਰ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਹਰਚਰਨ ਸਿੰਘ ਨਾਬਾਲਗ ਸੀ ਉਸ ਨੂੰ ਕੁਝ ਵੀ ਸਮਝ ਨਹੀਂ ਸੀ ਕਿ ਉਹ ਕੀ ਕਰਨ ਜਾ ਰਿਹਾ ਹੈ ਤੇ ਇਸ ਦਾ ਕੀ ਅੰਜਾਮ ਹੋ ਸਕਦਾ ਹੈ ਕਿਉਂਕਿ ਉਸ ਦੀ ਉਮਰ ਸਿਰਫ 17 ਸਾਲ ਦੀ ਹੈ ਤੇ 17 ਸਾਲ ਦੀ ਉਮਰ ਦੇ ਕਿਸੇ ਵੀ ਇਨਸਾਨ ਨੂੰ ਅਸੀਂ ਬੱਚਾ ਹੀ ਕਹਿੰਦੇ ਹਾਂ ਅਤੇ ਇਹ ਵੀ ਕਹਿੰਦੇ ਹਾਂ ਕਿ ਇਸ ਬੱਚੇ ਨੂੰ ਕੋਈ ਸਮਝ ਨਹੀਂ ਹੈ ਜਿਸ ਕਰਕੇ ਉਹ ਅਜਿਹੇ ਕਦਮ ਚੁੱਕ ਸਕਦਾ ਹੈ ਜੋ ਉਸ ਦੀ ਭਲਾਈ ਦੇ ਖਿਲਾਫ ਹੋਣ ਉਸ ਰਾਤ ਨੂੰ ਹਰਚਰਨ ਸਿੰਘ ਦੇ ਦੋ ਦੋਸਤ ਉਸ ਨੂੰ ਮੋਟਰ ਤੇ ਛੱਡ ਕੇ ਆਏ ਸਨ ਮੋਟਰ ਤੇ ਜਾ ਕੇ ਜੋ ਕਿ ਕੁੜੀ ਦੇ ਘਰ ਤੋਂ ਡੇਢ ਕਿਲਾ ਹਟਵੀ ਸੀ ਉਸਨੇ ਕੁੜੀ ਨੂੰ ਫੋਨ ਕੀਤਾ ਕਿ ਤੂੰ ਇੱਥੇ ਆ ਜਾ ਮੈਂ ਤੇਰੇ ਘਰ ਨਹੀਂ ਆ ਸਕਦਾ ਹਾਂ ਮੈਨੂੰ ਡਰ ਲੱਗਦਾ ਹੈ ਪਰ ਕੁੜੀ ਨੇ ਕਿਹਾ ਕਿ ਨਹੀਂ ਤੂੰ ਮੇਰੇ ਘਰ ਹੀ ਆਉਣਾ ਚਾਹੀਦਾ ਹੈ ਨਹੀਂ ਤੇ ਮੈਂ ਇੱਥੇ ਨਹੀਂ ਆ ਸਕਦੀ ਜੇਕਰ ਮੈਨੂੰ ਪੈਲੀ ਦੇ ਵਿੱਚ ਆਉਂਦਿਆਂ ਕਿਸੇ ਨੇ ਦੇਖ ਲਿਆ ਤਾਂ ਅਸੀਂ ਦੋਵੇਂ ਬੁਰੇ ਫਸ ਜਾਵਾਂਗੇ ਜਿਸ ਕਰਕੇ ਉਹ ਲੜਕਾ ਲੜਕੀ ਦੀ ਜਿੱਦ ਦੇ ਹੇਠਾਂ ਆ ਗਿਆ ਅਤੇ ਉਹ ਲੜਕੀ ਦੇ ਘਰ ਚਲਾ ਗਿਆ ਜਦੋਂ ਉਹ ਲੜਕੀ ਦੇ ਘਰ ਜਾਂਦਾ ਹੈ ਤਾਂ ਕੀ ਦੇਖਦਾ ਹੈ ਕਿ ਲੜਕੀ ਦੀ ਮਾਂ ਅਤੇ ਚਾਚਾ ਘਰ ਦੇ ਬਾਹਰ ਖੜੇ ਹੁੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਲੜਕਾ ਡਰ ਜਾਂਦਾ ਹੈ ਅਤੇ ਹੋ ਸਕਦਾ ਹੈ ਕਿ ਉਸਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਹੋਵੇ ਪਰ ਉਸਦੀ ਭੱਜਣ ਦੀ ਕੋਸ਼ਿਸ਼ ਨਾਕਾਮਜਾਬ ਰਹੀ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਫੜ ਲਿਆ ਹੁਣ ਇਹ ਸ਼ੱਕ ਲੜਕੀ ਤੇ ਜਾਂਦਾ ਹੈ ਕਿ ਜੇਕਰ ਲੜਕੀ ਨੂੰ ਸਾਰਾ ਕੁਝ ਪਤਾ ਸੀ ਕਿ ਉਸਦੇ ਘਰ ਵਾਲੇ ਲੜਕੇ ਦੇ ਨਾਲ ਅਜਿਹਾ ਕੁਝ ਕਰਨ ਜਾ ਰਹੇ ਹਨ ਤਾਂ ਉਹ ਉਸ ਨੂੰ ਅਲਰਟ ਵੀ ਕਰ ਸਕਦੀ ਸੀ ਕਿ ਤੂੰ ਸਾਡੇ ਘਰ ਅੱਜ ਨਾ ਆਵੀਂ ਤੇਰੇ ਨਾਲ ਅਜਿਹਾ ਕੁਝ ਵਾਪਰਨ ਜਾ ਰਿਹਾ ਹੈ ਪਰ ਉਸ ਲੜਕੀ ਨੇ ਲੜਕੇ ਨੂੰ ਨਹੀਂ ਦੱਸਿਆ ਇੱਥੇ ਹੀ ਇੱਕ ਸਵਾਲ ਹੋਰ ਉੱਠਦਾ ਹੈ ਕਿ ਹੋ ਸਕਦਾ ਹੈ ਕਿ ਜਿਸ ਵੇਲੇ ਉਹ ਲੜਕੇ ਨੂੰ ਫੋਨ ਕਰ ਰਹੀ ਹੋਵੇ ਉਸ ਵਕਤ ਲੜਕੀ ਦਾ ਚਾਚਾ ਅਤੇ ਉਸਦੀ ਮਾਂ ਉਸਦੇ ਕੋਲ ਹੀ ਹੋਵੇ ਇਸ ਕਰਕੇ ਉਹ ਲੜਕੇ ਨੂੰ ਅਲਰਟ ਕਰਨ ਵਿੱਚ ਨਾਕਾਮਯਾਬ ਰਹੀ ਹੋਵੇ ਅਤੇ ਲੜਕਾ ਲੜਕੀ ਵਾਲਿਆਂ ਦੇ ਹੱਥੀਂ ਚੜ ਗਿਆ ਅਤੇ ਉਸ ਨੂੰ ਲੜਕੀ ਵਾਲਿਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇੰਨੀ ਜ਼ਿਆਦਾ ਭਿਆਨਕ ਮੌਤ ਦਿੱਤੀ ਕਿ ਜਿਸ ਨੇ ਸਾਰੇ ਪੰਜਾਬ ਨੂੰ ਅਤੇ ਯੂਪੀ ਨੂੰ ਪੂਰੀ ਤਰ੍ਹਾਂ ਦੇ ਨਾਲ ਹਿਲਾ ਕੇ ਰੱਖ ਦਿੱਤਾ ਹੈ ਅਤੇ ਜਿਸ ਦਿਨ ਤੋਂ ਹੀ ਹਰਚਨ ਸਿੰਘ ਦੀ ਮੌਤ ਹੋਈ ਹੈ ਪੰਜਾਬ ਦੇ ਅਤੇ ਯੂਪੀ ਦੇ ਹਰ ਘਰ ਦੇ ਵਿੱਚ ਸੋਗ ਮਨਾਇਆ ਜਾ ਰਿਹਾ ਹੈ ਅਤੇ ਕਿਸੇ ਨੂੰ ਵੀ ਚੈਨ ਦੀ ਨੀਂਦ नसीब ਨਹੀਂ ਹੋ ਰਹੀ ਹੈ ਹੋ ਸਕਦਾ ਹੈ ਕਿ ਜਦੋਂ ਹਰਚਨ ਸਿੰਘ ਨੂੰ ਮਾਰਨ ਵਾਲੇ ਕਾਤਿਲ ਫੜੇ ਗਏ ਜਾਂ ਫਿਰ ਸਾਹਮਣੇ ਆ ਗਏ ਉਸ ਦਿਨ ਪੰਜਾਬ ਨੂੰ ਅਤੇ ਯੂਪੀ ਨੂੰ ਚੈਨ ਦਾ ਸਾਹ ਲੈਣ ਦਾ ਮੌਕਾ ਮਿਲੇ ਪਰ ਜੋ ਵੀ ਹਰਚਨ ਸਿੰਘ ਦੇ ਨਾਲ ਹੋਇਆ ਹੈ ਉਸ ਨੂੰ ਕੋਈ ਵੀ ਆਪਣੀ ਰਹਿੰਦੀ ਜ਼ਿੰਦਗੀ ਦੇ ਵਿੱਚ ਨਹੀਂ ਭੁਲਾ ਸਕਦਾ ਹੈ ਸਾਡੀਆਂ ਅਜਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ